ਉੱਚੇ-ਉੱਚੇ ਹਿਮਾਲਿਆ ਪਰਬਤ, ਸੁੱਕੇ ਮੈਦਾਨਾਂ ਅਤੇ ਸੰਘਣੇ ਜੰਗਲਾਂ ਨਾਲ ਭਰਪੂਰ ਦਾ ਲੈਂਡਸਕੇਪ ਬਹੁਤ ਵਿਸ਼ਾਲ ਹੈ, ਜਿੱਥੇ ਜੰਗਲੀ ਬਿੱਲੀਆਂ ਦੀ ਬੇਮਿਸਾਲ ਵਿਭਿੰਨਤਾ ਮਿਲਦੀ ਹੈ। ਸੰਦੇਸ਼ ਕਾਹਦੂਰ ਮੁਤਾਬਕ ਜੰਗਲੀ ਬਿੱਲੀਆਂ ਦੀਆਂ ਸਭ ਤੋਂ ਵੱਧ ਪ੍ਰਜਾਤੀਆਂ ਵੀ ਭਾਰਤ ਵਿੱਚ ਹਨ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੀਆਂ ਨੇ। ਵਾਲਾ ਕੀ ਬਾਗ ਚੀਤਾ ਅਤੇ ਸ਼ੇਰ ਵਰਗੀਆਂ ਵੱਡੀਆਂ ਬਿੱਲੀਆਂ ਬਾਰੇ ਲੋਕਾਂ ਨੂੰ ਆਮ ਤੌਰ ਤੇ ਪਤਾ ਹੁੰਦਾ ਹੈ ਪਰ ਫੋਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਸੰਦੇਸ਼ ਕਾਦੁਰ ਦੇਸ਼ ਦੀਆਂ ਘਟ ਜਾਣੀਆਂ ਚਾਹਦੀਆਂ ਜੰਗਲੀ ਬਿੱਲੀਆਂ ਬਾਰੇ ਦੱਸਣ ਅਤੇ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਮਿਸ਼ਨ ਤੇ ਹਨ ਆਪਕੋ ਤੋਂ ਮਾਲੂਮ ਹੈ ਹਮਾਰਾ ਇੰਡੀਆ ਮੇਂ ਭਾਗ ਤੋਂ ਬਹੁਤ ਇੰਪੋਰਟੈਂਟ ਹੈ ਪ੍ਰੋਜੈਕਟ ਟਾਈਗਰ ਕਾ ਵਜੇ ਸੇ ਹਮਾਰਾ ਟਾਈਗਰ ਤੋਂ ਅਭੀ ਵਾਪਸ ਆਇਆ ਹੈ ਮਗਰ ਇੰਡੀਆ ਮੇਂ ਔਰ ਬਹੁਤ ਬਹੁਤ ਛੋਟਾ ਬਿੱਲੀ ਵੀ ਹੈ ਉਸਕਾ ਬਾਰੇ ਮੇਂ ਕਿਸੇ ਕੋ ਪਤਾ ਨਹੀਂ ਹੈ ਤੋ ਕਿਧਰ ਹੈ ਕੀ ਕਰਤਾ ਹੈ ਕਿਧਰ-ਕਿਧਰ ਘੁੰਮਤਾ ਹੈ ਹਮਾਰਾ ਇੰਡੀਆ ਮੇ ਸਭ ਸਭ ਪੂਰਾ ਵਰਲਡ ਮੇ ਸਭ ਤੋਂ ਜ਼ਿਆਦਾ ਅਲੱਗ-ਅਲੱਗ ਸਪੀਸੀਜ਼ ਕਾ ਕੈਟਸ ਇੰਡੀਆ ਮੇ ਰਹਤਾ ਹੈ ਸੰਦੇਸ਼ ਕਾਦੂ ਨੇ ਦੱਸਿਆ ਕਿ ਆਪਣੇ ਬਚਪਨ ਵਿੱਚ ਪਹਿਲੀ ਵਾਰ ਜੰਗਲੀ ਬਿੱਲੀ ਦਾ ਸਾਹਮਣਾ ਕੀਤਾ ਪੂਰਨਮਾਸ਼ੀ ਦੀ ਰਾਤ ਇੱਕ ਦਰਖਤ ਉੱਪਰ ਬੈਠਿਆ ਇੱਕ ਚੀਤਾ ਸਿੱਧਾ ਉਹਨਾਂ ਦੇ ਦਰਖਤ ਦੇ ਥੱਲੇ ਆ ਗਿਆ ਸੀ ਜਿਸ ਦਿਨ ਤੋਂ ਬਾਅਦ ਦੇਸ਼ ਦੀਆਂ ਜੰਗਲੀ ਬਿੱਲੀਆਂ ਦੀ ਬੇਮਿਸਾਲ ਵਿਭਿੰਨਤਾ ਨੂੰ ਦਸਤਾਵੇਜ਼ ਕਰਨ ਵੱਲ ਉਹਨਾਂ ਦੀ ਰੁਚੀ ਪੈਦਾ ਹੋਣ ਲੱਗੀ हिमालय ਦੀਆਂ ਉੱਚੀਆਂ ਚੋਟੀਆਂ ਤੇ ਠੰਡੇ ਤਾਪਮਨ ਹੋਣ ਜਾਂ ਸਾਊਥ ਦੇ ਸੰਘਣੇ ਜੰਗਲ ਜਾਂ ਫਿਰ ਤੇਜ਼ بارش ਉਹਨਾਂ ਨੂੰ ਵਾਈਲਡ ਕੈਟਸ ਨੂੰ ਦਸਤਾਵੇਜ਼ ਕਰਨ ਲੱਗਿਆਂ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਵਿੱਚ ਟੈਕਨੋਲੋਜੀ ਨੇ ਉਹਨਾਂ ਦਾ ਵੱਡਾ ਸਾਥ ਦਿੱਤਾ ਸੋ ਵਨ ਪਰਟਿਕੂਲਰ ਕੈਟ ਇਟਸ ਕਾਲਡ ਅ ਪਾਲਾਸਸ ਕੈਟ ਇਟ ਲਿਵਸ ਹਾਈ ਅਪ ਲਦਾਖ ਮੇ ਹਿਮਾਲਿਆ ਮੇ ਐਂਡ that cat was probably the rarest cat to find and it took over 40 days and on that 45th day when we actually saw the cat coming out Come out of the rocks. That was one of the most magical moments. And the cat didn't run away. It stayed there, watched us, and then it became so natural. It started hunting, it, it caught a bird, and it was super playful. That was probably one of the most amazing experiences in the. 3 years of making this documentary ਸੰਦੇਸ਼ ਕਾਦਰ ਦਾ ਕਹਿਣਾ ਹੈ ਕਿ ਉਹਨਾਂ ਦੀ ਡਾਕੂਮੈਂਟਰੀ ਤੋਂ ਬਾਅਦ ਲੋਕਾਂ ਨੂੰ ਕੱਟ ਜਾਣੀਆਂ ਜਾਂਦੀਆਂ ਜੰਗਲੀ ਬਿੱਲੀਆਂ ਜਿਵੇਂ ਕਿ ਪੈਲੇਸ ਕੈਟ ਅਤੇ ਫਿਸ਼ਿੰਗ ਕੈਟ ਵਰਗੀਆਂ ਇਹਨਾਂ ਪ੍ਰਜਾਤੀਆਂ ਬਾਰੇ ਵੀ ਪਤਾ ਲੱਗਾ ਹੈ ਉਹਨਾਂ ਇਸ ਗੱਲ ਤੇ ਵੀ ਰੋਸ਼ਨੀ ਪਾਈ ਕਿ ਭਾਰਤ ਦੀ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਅਤੇ ਹਜ਼ਾਰਾਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ ਵਿਪਿੰਨ ਪ੍ਰਜਾਤੀਆਂ ਨੂੰ ਬਚਾਉਣ ਲਈ ਵੱਡਾ ਕੰਮ ਕੀਤਾ ਹੈ ਐਂਡ ਡਿਸਪਾਈਟ ਅ ਪੋਪੂਲੇਸ਼ਨ 1.4 ਬਿਲੀਅਨ ਪੀਪਲ ਵੀ ਹੈਵ ਸਮਹਾਉ ਮੈਨੇਜਡ ਟੂ ਪ੍ਰੀਜ਼ਰਵ All this diversity, all of these different species. So, that itself is a marvel, and I want people to really cherish the fact that India is home to this incredible diversity and respect that and really do all that they can to help conservation in a country with so many conservation challenges. ਐਜ਼ ਇਟ ਇਜ਼ ਬਾਫਟਾ ਅਵਾਰਡ ਵਿਨਿੰਗ ਫਿਲਮ ਮੇਕਰ ਅਤੇ ਨੈਸ਼ਨਲ ਜੀਓਗ੍ਰਾਫਿਕ ਫੈਲੋ ਕਾਦੁਰ ਦੀਆਂ ਡਾਕੂਮੈਂਟਰੀ ਫਿਲਮਸ ਨੈਸ਼ਨਲ ਜੀਓਗ੍ਰਾਫਿਕ ਦ ਬੀਬੀਸੀ ਨੈਟਫਲਿਕਸ ਡਿਸਕਵਰੀ ਚੈਨਲ ਅਤੇ ਐਨੀਮਲ ਪਲੈਨਟ ਵਰਗੇ ਪ੍ਰਮੁੱਖ ਨੈਟਵਰਕਾਂ ਤੇ ਦੁਨੀਆ ਭਰ ਵਿੱਚ ਪ੍ਰਸਾਰਿਤ ਹੋਈਆਂ ਹਨ